ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜ਼ਖਮੀ ਹੋਏ ਆਰਐਸਐਸ ਪੰਜਾਬ ਦੇ ਉਪ ਪ੍ਰਧਾਨ ਜਗਦੀਸ਼ ਗਗਨੇਜਾ ਦਾ ਹੀਰੋ ਦਯਾਨੰਦ ਹਸਪਤਾਲ ਪਹੁੰਚ ਕੇ ਉਹਨਾਂ ਦਾ ਹਾਲ ਜਾਣਿਆ। ਉੱਥੇ ਹੀ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਭਰੋਸਾ ਦਵਾਇਆ ਕਿ ਗਗਨੇਜਾ ਦੇ ਹਮਲੇਵਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੇਸ਼ ਹੈ ਲੁਧਿਆਣਾ ਬਿਊਰੋ ਚੀਫ ਅਮਿਤ ਸਚਦੇਵਾ ਦੀ ਦਿਵਿਆ ਪੰਜਾਬ ਟੀਵੀ ਲਈ ਵਿਸ਼ੇਸ਼ ਰਿਪੋਰਟ। ਬੜੀ ਅਨਫੋਰਚੁਨੇਟ ਘਟਨਾ ਹੋਈ ਹੈ। ਗਗਨੇਜਾ ਸਾਹਿਬ ਤੇ ਹਮਲਾ ਕੀਤਾ ਗਿਆ। ਪੰਜਾਬ ਪੁਲਿਸ DGP ਸਾਹਿਬ ਐਕਸ਼ਨ ਦਿੱਤੀ ਹੈ। 10 ਟੀਮਸ ਅਸੀਂ ਬਣਾਈਆਂ, 10 ਪੁਲਿਸ ਦੀ ਟੀਮਸ ਬਣਾਈਆਂ ਜਿਹੜੀਆਂ ਟਰੈਕ ਕਰ ਰਹੀਆਂ, ਐਂਡ ਜਲਦੀ ਤੋਂ ਜਲਦੀ ਉਹ ਕ੍ਰਿਮੀਨਲਸ ਨੂੰ ਅਸੀਂ ਫੜ ਕੇ ਅੰਦਰ ਕਰਾਂਗੇ। ਪੂਰੀ ਇਨਵੈਸਟੀਗੇਸ਼ਨ 24 ਆਵਰਸ ਅੰਡਰ ਸੀਨੀਅਰ ADGP ਦੇ ਥੱਲੇ ਪੂਰੀ ਸੁਪਰਵਿਜ਼ਨ ਹੋ ਰਹੀ ਹੈ। 10 ਡਿਫਰੈਂਟ ਟੀਮਸ ਆਰ ਵਰਕਿੰਗ ਔਨ ਡਿਫਰੈਂਟ ਡਾਇਰੈਕਸ਼ਨ। ਸੋਤਾ ਸਾਹਿਬ ਦੇ ਥੱਲੇ ਥੈਂਕ ਯੂ ਲਾਅ ਐਂਡ ਆਰਡਰ।